ਹੈਰੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੋਲੇਜ ਵਿਲਾ ਉੱਪਰ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਰਕਾਰੀ ਜੋਬਸ ਦੇ ਜੋ ਇਗਜ਼ਾਮਸ ਹੋਣੇ ਸੀ ਉਹ ਪੋਸਟਪੋਨ ਹੋ ਚੁੱਕੇ ਹਨ ਤੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਹਾਂ ਤਾਂ ਦੋਸਤੋ ਇਸ ਬਾਰੇ ਆਪਾਂ ਪੂਰੀ ਵਿਸਤਾਰ ਨਾਲ ਜਾਣਕਾਰੀ ਲਈਏ ਤਾਂ ਇਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਜਿਹੜੀ ਜੋਬਸ ਬਾਰੇ ਅਪਡੇਟ ਅਤੇ ਇਨਫੋਰਮੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਦੋਸਤੋ ਕੇਂਦਰੀ ਸਿਵਲ ਸੇਵਾਵਾਂ ਪ੍ਰੀਖਿਆਵਾਂ ਜੋ ਕਿ ਇਸ ਸਾਲ 31 ਮਈ ਨੂੰ ਹੋਣੀਆਂ ਸੀ ਪਰ ਦੇਸ਼ ਵਿੱਚ ਲੋਕਡਾਊਨ ਕਰਕੇ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਜੋ ਵੀ ਇਹਨਾਂ ਦਾ ਕਮਿਸ਼ਨ ਹੈ ਜੋ ਵੀ ਕਮਿਸ਼ਨ ਦੇ ਮੈਂਬਰ ਹਨ ਉਹ ਸਾਰੇ 20 ਮਈ ਨੂੰ ਇਸ ਸਥਿਤੀ ਦਾ ਜਾਇਜ਼ਾ ਲੈਣਗੇ ਦੁਬਾਰਾ ਅਤੇ ਦੁਬਾਰਾ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਦੱਸਣਗੇ ਕਿ ਇਹ ਪ੍ਰੀਖਿਆਵਾਂ ਕਦੋਂ ਅਤੇ ਕਿਸ ਸਮੇਂ ਤੇ ਲਈਆਂ ਜਾਣਗੀਆਂ ਤਾਂ ਦੋਸਤੋ ਤੁਸੀਂ 20 ਮਈ ਦਾ ਇੰਤਜ਼ਾਰ ਕਰੋ ਤੁਹਾਨੂੰ 20 ਮਈ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਅਗਰ ਜੇਕਰ ਇਹ ਪ੍ਰੀਖਿਆਵਾਂ ਜੋ ਪੋਸਟਪੌਨ ਕੀਤੀਆਂ ਜਾਂਦੀਆਂ ਹਨ ਤਾਂ ਜਾਂ ਫਿਰ ਨਵੀਂ ਮਿਤੀ ਰੱਖੀ ਜਾਂਦੀ ਹੈ ਤੁਹਾਨੂੰ 20 ਮਈ ਤੋਂ ਬਾਅਦ ਪਤਾ ਲੱਗੇਗੀ ਤਾਂ ਦੋਸਤੋ ਨਾਲ ਹੀ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਵਿੱਚ ਅਤੇ ਆਪਣੇ ਦੇਸ਼ ਵਿੱਚ ਲੋਕਡਾਊਨ ਲੱਗਾ ਹੋਇਆ ਹੈ ਤੇ ਜਿਸ ਕਾਰਨ ਸਾਰੀਆਂ ਸਕੂਲਾਂ ਕਾਲਜਾਂ ਤੇ ਯੂਨੀਵਰਸਟੀਆਂ ਦੇ ਜੋ ਵੀ ਪੇਪਰ ਹੋਣੇ ਸੀ ਅਤੇ ਜੋ ਵੀ ਸਰਕਾਰੀ ਜੋਬਸ ਨਾਲ ਰਿਲੇਟਡ ਐਗਜ਼ਾਮਸ ਹੋਣੇ ਸੀ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਕੋਈ ਸਮੇਂ ਲਈ ਰੋਕ ਦਿੱਤਾ ਗਿਆ ਹੈ ਤੇ ਜਦੋਂ ਵੀ ਇਹ ਜੋ ਵੀ ਸਥਿਤੀ ਬਣੀ ਹੋਈ ਹੈ ਇਸ ਵਿੱਚ ਸੁਧਾਰ ਹੁੰਦਾ ਹੈ ਤਾਂ ਜਰੂਰ ਇਹ ਯੂਨੀਵਰਸਿਟੀ ਕਾਲਜ ਅਤੇ ਸਕੂਲਸ ਇਗਜ਼ਾਮਸ ਲੈਣਗੇ ਅਤੇ ਤਦ ਤੱਕ ਲਈ ਤੁਸੀਂ ਆਪਣੀਆਂ ਤਿਆਰੀਆਂ ਪੂਰੀਆਂ ਰੱਖਣੀਆਂ ਹਨ ਤਾਂ ਦੋਸਤੋ ਤੁਸੀਂ ਸਾਡੇ ਚੈਨਲ ਨਾਲ ਤਦ ਤੱਕ ਲਈ ਜੁੜੇ ਰਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ